ਹਾਂਜੀ ਹਸੀ ਕਾ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਰਾਜੀ ਖੁਸ਼ੀ ਬਸਦੇ ਰਹੋ ਤੇ ਲੋ ਦੋਸਤੋ 4 ਜੁਲਾਈ 2023 ਦਿਨ ਹੋ ਗਿਆ ਮੰਗਲਵਾਰ ਤੇ ਹਲਾ ਜਰਾ ਇਟਾਲੀ ਦੀਆਂ ਖਬਰਾਂ ਲੈ ਕੇ ਪੰਜਾਬੀ ਦੇ ਵਿੱਚ ਇਟਾਲੀ ਦੀ ਜਾਣਕਾਰੀ ਤੇ ਬੋਨਸਾਂ ਦੀ ਜਾਣਕਾਰੀ ਤੇ ਜਿਹੜੇ ਮੇਰੇ ਵੀਰਾਂ ਦੇ ਪੇਪਰ ਨਿਕਲ ਚੁੱਕੇ ਆ ਵੀਜ਼ੇ ਲੱਗ ਚੁੱਕੇ ਉਹਨਾਂ ਵਾਸਤੇ ਗੁੱਡ ਨਿਊਜ਼ ਤੇ ਜਿਨ੍ਹਾਂ ਦੇ ਨਹੀਂ ਲੱਗੇ ਉਹਨਾਂ ਵਾਸਤੇ ਜਾਣਕਾਰੀ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਨਾ ਕਿ ਜਿਵੇਂ ਆਈ ਡੀਲੀ ਦੀ ਖਬਰ ਆ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਜਿਨ੍ਹਾਂ ਨੇ ਆਲਰੇਡੀ ਆਪਾਂ ਨੂੰ ਸਪੋਰਟ ਕਰਦੇ ਆ ਜਿਹੜੇ ਮੇਰੇ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਖਬਰ ਸ਼ੇਅਰ ਕਰਦੇ ਆ ਗੱਲ ਫਲੂਸੀ ਦੀ ਬਾਅਦ ਚ ਕਰਾਂਗੇ ਫੀਪਰਾਂ ਦੀ ਗੱਲ ਬਾਤ ਚ ਕਰਾਂਗੇ ਪਹਿਲੀ ਖਬਰ ਜਿਹੜੇ ਮੇਰੇ ਵੀਰਾਂ ਦੇ ਵੀਜੇ ਲੱਗ ਚੁੱਕੇ ਆ ਮੈਂ ਅੱਜ ਗਰੁੱਪ ਚ ਵੇਖ ਰਿਹਾ ਸੀਗਾ ਤੇ ਟਿਕਟਾਂ ਦੇ ਰੀਡ ਪੁੱਛ ਰਹੇ ਸੀਗੇ ਜਿਨ੍ਹਾਂ ਦੇ ਨਵੇਂ ਵੀਜੇ ਲੱਗੇ ਆ 9 ਮਹੀਨੇ ਹੋ ਗਏ ਸਾਲੇ ਹੋ ਗਏ ਉਹਨਾਂ ਵਾਸਤੇ ਟਿਕਟ ਦਾ ਸਪੈਸ਼ਲ ਆਫਰ ਚੱਲ ਰਿਹਾ ਲੰਬਾ ਟਰੈਵਲ ਵਾਲਾ ਦਿੱਲੀ ਤੋਂ ਰੋਮ ਦੀ ਦਿੱਲੀ ਤੋਂ ਰੋਮਾਂ ਇਟਲੀ 25000 ਤੋਂ ਸਟਾਰਟਿੰਗ ਆ 25000 ਤੱਕ ਟਿਕਟ ਤੁਹਾਨੂੰ ਮਿਲ ਸਕਦੀ ਆ ਤੁਸੀਂ ਲਾਂਬਾ ਟਰੈਵਲ ਸਾਹਮਣੇ ਸਕਰੀਨ ਤੇ ਨੰਬਰ ਚ ਆ ਰਹੇ ਆ ਉਹਨਾਂ ਨਾਲ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ 25000 ਸਟਾਰਟਿੰਗ ਰੇਟ ਆ ਟਿਕਟ ਦਾ ਜਿਨ੍ਹਾਂ ਦੇ ਨਵੇਂ ਵੀਜ਼ੇ ਲੱਗੇ ਆ 9 ਮਹੀਨੇ ਵਾਲੇ ਜਾਂ 1 ਸਾਲ ਵਾਲੇ ਉਹਨਾਂ ਵਾਸਤੇ ਸਪੈਸ਼ਲ ਜਿਹੜਾ ਆਫਰ ਇਦਾਂ ਨੇ ਰੱਖਿਆ ਹੋਇਆ ਕਿਉਂਕਿ ਹੁਣ ਰੇਟ ਆਪਾਂ ਵੀ ਇਹ ਜੇ ਚੈੱਕ ਕਰਦੇ ਆ ਰੇਟ ਤਕਰੀਬਨ 40-45000 ਰੇਟ ਨਿਕਲਦਾ ਟੈਕਟ ਦਾ ਤੇ ਇਹਨਾਂ ਨੇ ਸਪੈਸ਼ਲ ਆਫਰ ਲਾਇਆ ਵਿਆ 25000 ਤੋਂ ਸਟਾਰਟਿੰਗ ਆ ਅਗੇ ਤੁਸੀਂ ਪੂਰੀ ਜਾਣਕਾਰੀ ਆਪ ਲੈਣੀ ਆ ਫੋਨ ਕਰਕੇ ਠੀਕ ਤੇ ਅਗਲੀ ਗੱਲ ਉਹ ਅਪਾਇੰਟਮੈਂਟਾਂ ਦੀ ਅਪਾਇੰਟਮੈਂਟਾਂ ਅੰਬੈਸੀ ਦੀਆਂ ਨਹੀਂ ਅਪਾਇੰਟਮੈਂਟਾਂ ਅਪਾਇੰਟਮੈਂਟਾਂ ਮੈਂ ਗੱਲ ਕਰਦਾ ਪਰਫਰ ਤੂਰੀ ਦੀਆਂ ਅਪਾਇੰਟਮੈਂਟਾਂ ਠੀਕ ਆ ਉਹਦੇ ਜਿਹੜੀ ਨਵੀਂ ਅਪਡੇਟ ਸਾਹਮਣੇ ਆ ਰਹੀ ਆ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਆ ਵੀ ਜਿਹੜੀ ਆਪ ਪਰਫਾਤੂਰੇ ਦੀਆਂ ਅਪਾਇੰਟਮੈਂਟਾਂ ਉਹ ਹੁਣ 2000 ਤਕਰੀਬਨ 24 ਦੀਆਂ ਮੈ ਰਹੀਆਂ ਵਾਹਿਗੁਰੂ 2024 ਦੀਆਂ ਪਰਫਾਤੂਰੇ ਦੀਆਂ ਅਪਾਇੰਟਮੈਂਟਾਂ ਮੈ ਰੀਆਂ ਇਹ ਚ ਸਿਸਟਮ ਇਹਨਾਂ ਨੇ ਕੀ ਚੇਂਜ ਕਰਤਾ ਬਈ ਜਿਹੜਾ ਸਿਸਟਮ ਚੇਂਜ ਕੀਤਾ ਪਹਿਲਾਂ ਦਾ ਹੁੰਦਾ ਸੀਗਾ ਬਈ ਜਦੋਂ ਬੰਦਾ ਇੱਥੇ ਪਹੁੰਚ ਜਾਂਦਾ ਨਾ ਉਹਨੂੰ ਪਰਪਰੂਰੇ ਮਾਲਕ ਪੇਸ਼ ਕਰ ਦਿੰਦਾ ਸੀਗਾ ਠੀਕ ਆ ਲੈ ਜਾ ਕੇ ਤੇ ਉਹਦੀ ਕੈਕਟ ਉੱਥੋਂ ਮਿਲ ਜਾਂਦੀ ਸੀ ਉੱਥੇ ਕੋੜੀ ਫਿਸਕਾਲੇ ਜਿਹੜਾ ਮਿਲ ਜਾਂਦਾ ਸੀਗਾ ਹੁਣ ਚੇਂਜ ਇਹ ਕੀਤਾ ਵੀ ਪਹਿਲਾਂ ਕੋੜੀ ਫਿਸਕਾਲੇ ਅਪਲਾਈ ਕਰਨਾ ਪੈਣਾ ਏਜੰਸੀਆ ਦੇ ਨਾਲ ਇੰਤਰਾਤੇ ਦੋ ਬੰਦਾ ਜਿਹੜਾ ਇੱਥੇ ਪਹੁੰਚ ਗਿਆ ਉਹਦਾ ਸਭ ਤੋਂ ਪਹਿਲਾਂ ਕੋੜੀ ਫਿਸਕਾਲੇ ਅਪਲਾਈ ਹੋਊਗਾ ਉਹ ਮਾਲਕ ਅਪਲਾਈ ਕਰੂਗਾ ਕੋੜੀ ਫਿਸਕਾਲੇ ਤੁਹਾਡਾ ਏਜੰਸੀਆ ਦੇ ਨਾਲ ਇੰਤਰਾਤੇ ਦੋ ਜਦੋਂ ਕੋੜੀ ਫਿਸਕਾਲੇ ਬਣ ਕੇ ਆ ਗਿਆ ਉਸ ਤੋਂ ਬਾਅਦ ਅਪਾਇੰਟਮੈਂਟ ਪਰਫਾਤੂਰਾ ਅਪਾਇੰਟਮੈਂਟ ਦਊਗਾ ਉਸ ਤੋਂ ਬਾਅਦ ਪਰਫਾਤੂਰੇ ਦੀ ਅਪਾਇੰਟਮੈਂਟ ਚੱਕੀ ਜਾਊਗੀ ਉਸ ਤੋਂ ਬਾਅਦ ਜਿਹੜੀ ਕਿੱਟ ਮਿਲੂਗੀ ਤੇ ਇਹ ਜਿਹੜੇ ਨਵੇਂ ਰੂਲ ਆ ਚੇਂਜ ਕੀਤੇ ਹੋਏ ਆ ਅਗਲੀ ਵਿੱਚ ਇਹ ਸਾਰਾ ਕੁਝ ਹੋ ਰਿਹਾ ਵੀ ਸਟਾਫ ਦੀ ਘਾਟ ਦੇ ਕਾਰਨ ਸਾਰਾ ਕੁਝ ਇਹ ਚੱਲ ਰਿਹਾ ਬਾਕੀ ਅਗਲੀ ਕੱਲ ਮੈਂ ਸ਼ੇਅਰ ਕਰਦਾ ਦੋਸਤੋ ਬਈ ਅ ਨੂਲਾ ਉਸਤਾ ਸਸਪੈਂਡ ਨੂਲਾ ਉਸਤਾ ਪਾਸਪੋਰਟ ਤੇ ਲਾਈਫ ਤਬਾਹ ਹੋ ਗਈ ਆ ਮੈਂ ਇਹ ਖਬਰ ਲਾਈਵ ਦੇ ਵਿੱਚ ਵੀ ਸ਼ੇਅਰ ਕੀਤੀ ਸੀ ਐਂਦਵਾਰ ਲਾਈਵ ਦੇ ਵਿੱਚ ਮੈਂ ਗੱਲ ਇਹ ਸ਼ੇਅਰ ਕੀਤੀ ਸੀ ਵੀ ਜਿਹੜੇ 2 ਨੰਬਰ ਦੀਆਂ ਅਪਾਇੰਟਮੈਂਟਾਂ ਚਕਾਉਂਦੇ ਆ ਉਹਨਾਂ ਤੋਂ ਬਚੋ ਕਿਉਂਕਿ ਅੱਜ ਮੈਂ ਇਹ ਮੇਨ ਜੀ ਗੱਲ ਫੇਰ ਸ਼ੇਅਰ ਕਰ ਦਿੰਦਾ ਕਿ ਮੇਰੇ ਵੀਰਾਂ ਨੇ ਲਾਈਵ ਆਪਣਾ ਵੇਖਿਆ ਨਹੀਂ ਵਗਾ ਤੇ ਜਿਹੜੇ ਤੁਹਾਨੂੰ ਕਹਿੰਦੇ ਆ ਵੀ ਸਸਤੀਆਂ ਅਪਾਇੰਟਮੈਂਟਾਂ ਪਹਿਲਾਂ ਚੈੱਕ ਲੋ ਪਹਿਲਾਂ ਚੈੱਕ ਕੇ ਦੇ ਦਿੰਦੇ ਆ ਦਿੱਲੀ ਤੋਂ ਏਜੰਟ ਆ ਜਿਹੜੇ ਬਹੁਤ ਝੂਠਾ ਸ਼ਬਦ ਤੁਰੇ ਫਿਰਦੇ ਆ ਦਿੱਲੀ ਤੋਂ ਹੀ ਪੰਜਾਬ ਦੇ ਵੀ ਏਜੰਟ ਆ ਗਿਆ ਉਹਨਾਂ ਨੇ ਬੰਦਾ ਇੱਕ ਫਸਾਤਾ ਆਪਣੇ ਪੰਜਾਬ ਦੇ ਵੀ 5-6 ਬੰਦੇ ਫਸੇ ਹੋਏ ਆ ਜਿਹੜੇ ਅਜੇ ਤੱਕ ਹਿਆੜ ਦੇਲ ਦੇ ਵਿੱਚ ਹੀ ਆ ਤੇ ਜਿਹੜਾ ਬੰਦਾ ਜਵਾਨ ਤੇ ਆ ਗਿਆ ਉਹ ਉਹ ਮੈਂ ਸ਼ੇਅਰ ਕੀਤੀ ਸੀ ਲਾਈਵ ਦੇ ਵਿੱਚ ਤੁਸੀਂ ਐਦਵਾਰ ਵਾਲਾ ਲਾਈਵ ਆਪਣਾ ਵੇਖ ਸਕਦੇ ਹੋ ਹਣਾ ਉਹ ਵੀਰ ਨੇ ਗੱਲਬਾਤ ਆਪਾਂ ਨੂੰ ਦੱਸੀ ਹੈ ਰਾਜਸਥਾਨ ਤੋਂ ਵੀਰ ਮੇਰੇ 2 ਨੰਬਰ ਦੇ ਵਿੱਚ ਜਿਹੜੀਆਂ ਅਪਾਇੰਟਮੈਂਟਾਂ ਚਕਾਈਆਂ ਉੱਥੇ ਜਾ ਕੇ ਫਸ ਗਏ ਐਮਬੈਸੀ ਵਾਲਿਆਂ ਨੇ ਪੁਲਿਸ ਬੁਲਾ ਲਈ ਪੁਲਿਸ ਵਾਲਿਆਂ ਨੇ ਚੱਕ ਕੇ ਥਾਣੇ ਠੋਕਿਆ ਦੋ ਦਿਨ ਥਾਣੇ ਰਹਿ ਚਾਰ ਦਿਨ ਤਿਹਾਰ ਜੇਲ੍ਹ ਦੇ ਵਿੱਚ ਰਏ ਕਿਉਂਕਿ ਜਿਹੜਾ ਉਹ ਅਪਾਇੰਟਮੈਂਟ ਲੈਟਰ ਸੀਗਾ ਉਹ ਫੇਕ ਸੀਗਾ 2 ਨੰਬਰ ਦੇ ਵਿੱਚ ਬਣਾਇਆ ਗਿਆ ਸਕੈਮਾਂ ਵਗੈਰਾ ਸਾਰਾ ਕੁਝ 2 ਨੰਬਰ ਦੇ ਵਿੱਚ ਉਸ ਤੋਂ ਬਾਅਦ ਜੀ ਨੇ ਬਣਾ ਕੇ ਦਿੱਤਾ ਸੀ ਉਹ ਵੀ ਹਜੇ ਤੱਕ ਫਰਾਰ ਆ ਤੇ ਤੇ ਜਿਹੜੇ ਮੇਰੇ ਵੀਰ ਦਾ ਨੂਲਾ ਉਸਤਾ ਨਿਕਲਿਆ ਸੀ ਨੂਲੇ ਉਸਤੇ ਦਾ 8 8-10 ਲੱਖ ਰੁਪਏ ਦਿੱਤਾ ਉਹਨੇ ਠੀਕ ਆ ਉਸ ਤੋਂ ਬਾਅਦ ਪਾਸਪੋਰਟ ਤੇ ਨੂਲਾ ਉਸਤਾ ਉਹ ਬੰਦੇ ਸੀ ਦੇ ਵਿੱਚ ਜਬਤ ਹੋ ਗਿਆ ਤੇ ਕੇਸ ਚੱਲ ਪਿਆ ਉਹਦੇ ਤੇ ਮਤਲਬ ਲਾਈਫ ਹੀ ਬੰਦੇ ਦੀ ਤਬਾਹ ਹੋ ਗਈ ਸੋ ਮੇਰੇ ਵੀਰ ਬਚੋਏ ਜਾਂ ਤੋ ਯਾਰ ਜਿਹਨੂੰ ਤੁਸੀਂ ਪਰਸਨਲ ਨਹੀਂ ਜਾਣਦੇ ਨਾ ਉਹਨੇ ਵੀ ਵੇਖਦਾ ਇਹਨਾਂ ਕਈ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਦਿੰਦੇ ਨੇ ਵੀ ਅਪਾਇੰਟਮੈਂਟ ਲੈਣੀ ਤਾਂ ਇੱਧਰ ਆਓ ਤੇ ਕਈ ਕਮੈਂਟਾਂ ਦੇ ਵਿੱਚੋਂ ਵੀ ਚੱਕ ਲੈਂਦੇ ਆ ਬੰਦਿਆਂ ਨੂੰ ਵੀ ਅਸੀਂ ਦਵਾ ਕੇ ਦਿੰਨੇ ਆ ਅਪਾਇੰਟਮੈਂਟ ਅਪਾਇੰਟਮੈਂਟ ਲਓ ਪਰੋਸੇ ਜੋ ਬੰਦੇ ਤੋਂ ਠੀਕ ਆ ਆਪਾਂ ਇੱਕ ਹੀ ਨਾਮ ਸ਼ੇਅਰ ਕਰਦੇ ਹੁੰਦੇ ਆ ਜਾਂ ਤਾਂ ਇਰਾ चौहान ਵੀਰ ਦਾ ਵੇਚੀ ਦਾ ਕੰਮ ਆਪਾਂ ਨੂੰ ਪਤਾ ਹਨ ਤੇ ਜਾਂ ਕੋਈ ਵੀ ਏਜੰਟ ਹੈਗਾ ਜਿਹਨੂੰ ਤੁਸੀਂ ਪਰਸਨਲ ਜਾਣਦੇ ਆ ਜਿਹਦਾ ਕੋਈ ਥੋਪ ਟਿਕਾਣਾ ਹੈ ਜਿਹਦਾ ਕੋਈ ਥੋ ਟਿਕਾਣਾ ਹੈ ਨੀਗਾ ਉਹੇ ਤੋਂ ਕੋਈ ਅਪਾਇੰਟਮੈਂਟ ਨਾ ਲਓ ਨਾ ਫਸਿਓ ਮੇਰੇ ਵੀਰ ਨਹੀਂ ਤਾਂ ਤੁਸੀਂ ਤੁਹਾਡਾ ਨੂਲਾ ਉਸਤਾ ਵੀ ਜਾਊਗਾ ਤੁਹਾਡਾ ਪਾਸਪੋਰਟ ਵੀ ਜਾਊਗਾ ਤੁਹਾਡੀ ਲਾਈਫ ਬਰਬਾਦ ਹੋ ਸਕਦੀ ਹੈ ਅਗਲੀ ਖਬਰ ਇਟਲੀ ਦੇ ਕਲਿਆਰੀ ਇਲਾਕੇ ਤੋਂ ਆ ਰਹੀ ਹੈ ਕਲਿਆਰੀ ਇਲਾਕੇ ਤੋਂ ਜਿੱਥੇ ਕਿ ਇੱਕ ਵੈਨ ਜਿਹਨੂੰ ਆਪਾਂ ਕੈਂਟਰ ਕਹਿ ਸਕਦੇ ਆ ਕੈਂਟਰ ਆ ਜਿਹੜਾ ਬਿਨਾਂ ਡਰਾਈਵਰ ਤੋਂ ਸੀਗਾ ਉਹ ਡਰਾਈਵਰ ਦਾ ਸ਼ਾਅ ਮਾਰ ਚੁੱਕਾ ਸੀ ਕਿਉਂਕਿ ਬ੍ਰੇਕ ਫੇਲ ਹੋ ਚੁੱਕੇ ਸੀਗੇ ਤੇ ਉਹ ਚੜ ਗਿਆ ਬਾਹਰ ਤੇ ਬਾਹਰ ਦੇ ਬਾਹਰ ਬੈਠੇ ਸੀਗੇ ਟੇਬਲ ላይ ਜਿਹੜੇ ਰੈਸਟੋਰੈਂਟ ਦੇ ਬਾਹਰ ਗਾਹਕ ਬੈਠੇ ਸੀਗੇ ਉਹਨਾਂ ਦੇ ਉੱਤੇ ਜਾ ਚੜਿਆ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 15 ਜਿਹੜੇ ਜਾਣੇ ਜਗਮੀ ਹੋ ਗਏ ਆ ਇਹ ਇੱਕ ਅਗਲੀ ਯਾਰੀ ਇਲਾਕੇ ਤੋਂ ਖਬਰ ਆ ਰਹੀ ਹੈ ਅਗਲੀ ਖਬਰ ਹੈ ਜਿਹੜੀ ਬਰੇਸ਼ੀਆ ਤੋਂ ਆ ਰਹੀ ਹੈ ਬਰੇਸ਼ੀਆ ਦੇ ਵਿੱਚ ਗਵਰਦਾ ਦੀ ਫਾਇਨਾਂਸਾ ਗਵਰਦਾ ਦੀ ਫਾਇਨਾਂਸਾ ਕਵਲੀ ਪਾਲਸਾ ਜਿਹਦੋਂ ਪੂਰਾ ਇਟਲੀ ਡਰਦਾ ਠੀਕ ਆ ਜਿੱਥੇ ਇਹ ਛਾਪਾ ਮਾਰਦੀ ਹੈ ਨਾ ਉੱਥੋਂ ਕੋਈ ਨਹੀਂ ਪਾਸ ਸਕਦਾ ਤੇ ਇਹਨਾਂ ਨੇ ਬਰੇਸ਼ੀਆ ਇਲਾਕੇ ਦੇ ਵਿੱਚ 160 ਮਿਲੀਅਨ ਯੂਰੋ ਦਾ ਟੈਕਸ ਚੋਰੀ ਦਾ ਜਿਹੜਾ ਮਸਲਾ ਫੜਿਆ ਉਹਦੇ ਵਿੱਚ 10 ਗ੍ਰਿਫਤਾਰੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 6 ਨੂੰ ਜੇਲ੍ਹ ਭੇਜਤਾ ਤੇ 4 ਜਿਹੜੇ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਗਏ ਆ ਤੇ 10 ਲੱਖ ਯੂਰੋ ਜਿਹੜਾ ਨਗਦ ਬਰਾਮਦ ਕੀਤਾ ਗਿਆ ਇਸ ਗੁਆਰਡੀ ਦੀ ਫਿਨੇਂਟਸਾਵੋ ਇਹਨਾਂ ਨੇ 80 ਜਗ੍ਹਾ ਤੇ ਛਾਪੇ ਮਾਰੇ ਸੀਗੇ 48 ਕੰਪਨੀਆਂ ਮਤਲਬ 48 ਏਜੰਡੇ ਜਿੰਨਾਂ ਜੋ 21 ਵਿਦੇਸ਼ੀ ਦੱਸੇ ਜਾਂਦੇ ਆ ਇਹ ਛਾਪੇ ਮਾਰੇ ਗਏ ਸੀਗੇ ਬਰੇਸ਼ੀਆ ਰੋਮਾ ਤੋਰੀਨੋ ਬਰਗਾਮੋ ਤੇ ਉਦੈਨ ਕੋਨੀਓ ਮੋਂਸਾ ਕਰਮੋਨਾ ਕੋਮੋ ਇਹਨਾਂ ਇਲਾਕਿਆਂ ਦੇ ਵਿੱਚ ਛਾਪੇ ਮਾਰੇ ਗਏ ਸੀਗੇ ਤੇ ਜਿੱਥੋਂ ਕਿ ਇਹ ਸਾਰਾ ਕੁਝ ਜਿਹੜਾ ਬਰਾਮਦ ਕੀਤਾ ਗਿਆ ਅਗਲੀ ਖਬਰ ਕਾਰਤਾ ਸਪੇਜ਼ਾ ਕਾਰਤਾ ਸਪੇਜ਼ਾ ਜਿਹਨੂੰ ਆਪਾਂ 382 ਯੂਰੋ 50 ਸੈਂਟਾਂ ਦਾ ਕਹਿ ਸਕਦੇ ਹਾਂ ਕਾਰਤਾ ਰਿਸਪਾਰਮੀਆਂ ਸਪੇਜ਼ਾ ਜਿਹੜਾ ਕਿ ਹੁਣ 18 ਜੁਲਾਈ ਤੋਂ ਮਤਲਬ ਤੁਹਾਨੂੰ ਚਿੱਠੀਆਂ ਆਉਗੀਆਂ ਸ਼ੁਰੂ ਹੋ ਜਾਣਗੀਆਂ ਕਮੂਨਿਆਂ ਵੱਲੋਂ ਜਿਹੜਾ ਵੀ ਹੱਕਦਾਰ ਹੋਊਗਾ ਉਹਨੂੰ ਚਿੱਠੀਆਂ ਆਉਣਗੀਆਂ ਕਮੂਨੇ ਵੱਲੋਂ ਹੱਕਦਾਰ ਉਹੀ ਜਿਹੜੀ 15000 ਤੋਂ ਘੱਟ ਈ ਹੈ ਤੇ ਜਿਹੜਾ ਕੋਈ ਸਰਕਾਰੀ ਹੋਰ ਸਹੂਲਤ ਨਹੀਂ ਲੈ ਰਿਹਾ ਜਾਂ ਕਿ ਰੇਤੋ ਦੀ ਚਿੱਦਾਈ ਦਾ ਜਾਂ ਨਾਸਪੀ ਜਾਂ ਕੁਝ ਵੀ ਕੋਈ ਵੀ ਹੋਰ ਸਰਕਾਰੀ ਸਹੂਲਤ ਨਹੀਂ ਰਹਿ ਰਿਆ ਉਹਨਾਂ ਨੂੰ ਚਿੱਠੀਆਂ ਆਉਣਗੀਆਂ ਚਿੱਠੀ ਲੈ ਕੇ ਤੁਸੀਂ ਡਾਕਖਾਨੇ ਜਾਣਾ ਡਾਕਖਾਨੇਲੇ ਤੁਹਾਨੂੰ ਇੱਕ ਕਾਰ ਦੇਣਗੇ 382 ਯੂਰੋਪੀਆਂ ਸੈਂਟੀਆਂ ਵਿੱਚ ਮਿਲਣਗੀਆਂ ਸਪੇਜਾ ਕਰਨ ਵਾਸਤੇ ਘਰ ਦੀ ਖਰੀਦਦਾਰੀ ਰੈਸ਼ਨ ਪਾਣੀ ਖਰੀਦਣ ਵਾਸਤੇ ਤੇ ਅਗਲੀ ਖਬਰ ਸ਼ੇਅਰ ਕਰ ਰਹੇ ਹਾਂ ਦੋਸਤੋ ਵੀ 6 ਫਰਵਰੀ 2020 ਨੂੰ ਇੱਕ ਹਾਸਾ ਹੋਇਆ ਸੀ ਕਿ ਟ੍ਰੇਨ ਪੜੜੀ ਤੋਂ ਉਤਰੀ ਸੀਗੀ ਮਿਲਾਨ ਤੋਂ ਜਾ ਮਿਲਾਨ ਤੋਂ ਸਲੇਰ ਨੂੰ ਜਿਹੜਾ ਟ੍ਰੇਨ ਟ੍ਰੈਕ ਦਾ ਪ੍ਰੈਸ਼ਰ ਹੋਸਾ ਵੀ ਇਹ ਟ੍ਰੇਨ ਸੀਗੀ ਇਹ ਬਾੜੀ ਤੁੱਤਰੀ ਸੀਗੀ ਤੇ ਇਹ ਕੁਦੋਂ ਦਾ ਕੇਸ ਚੱਲਿਆ ਸੀਗਾ ਤੇ ਬੀਤੇ ਕੱਲ ਇਹਦੀ ਜਿਹੜੀ ਸੁناਈ ਹੋ ਚੁੱਕੀ ਆ ਦੋ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਆ ਇਹਦੇ ਵਿੱਚ ਇਹ ਹਾਦਸੇ ਦੇ ਵਿੱਚ ਦੋ ਡਰਾਈਵਰ ਸੀਗੇ ਜਿਹੜੇ ਟ੍ਰੇਨਾਂ ਦੇ ਦੋਹਾਂ ਦੀ ਮੌਤ ਹੋ ਚੁੱਕੀ ਸੀਗੀ ਤੇ 32 ਜਣੇ ਇਹਦੇ ਵਿੱਚ ਜ਼ਖਮੀ ਹੋਏ ਸੀਗੇ ਇਹ ਉਹਦਾ ਕੇਸ ਚੱਲਿਆ ਸੀਗਾ ਤੇ ਜਿਹਦੀ ਅੱਜ ਹੁਣ ਫੈਸਲਾ ਆ ਗਿਆ ਅਗਲੀ ਖਬਰ ਖਬਰ ਨਹੀਂ ਅਗਲੀ ਜਾਣਕਾਰੀ ਡਾਟਾ ਐਮਪਸ ਵੱਲੋਂ ਮੇਰੇ ਵੀਰ ਜਿਹੜੇ ਈਟੀ ਤੋਂ ਸੌਂਦੇ ਆ ਉਹ ਨੋਟ ਕਰ ਲੈਣ ਐਮਪਸ ਵੱਲੋਂ ਜਿਹੜੀਆਂ ਡਾਟਾ ਜਾਰੀ ਹੋ ਚੁੱਕੀਆਂ ਆ ਜਿਹੜੇ ਮੇਰੇ ਵੀਰ ਸੈਣੀ ਹੋਂ ਕੋ ਲੈਂਦਾ ਜਾਂ ਕਾਰਤਾਰ ਰਿਕੁਐਸਟੀ ਜਾਂ ਨਾਸਪੀ ਮੇਰੇ ਇਤੂ ਦੀ ਚਿਤਾ ਨਾਂਸਾ ਜਿਹੜੀਆਂ ਸੁਲਤਾਨ ਰਿੰਦੇ ਆ ਜਿਹੜੇ ਪੈਸੇ ਐਮਪਸ ਵੱਲੋਂ ਆਉਂਦੇ ਆ ਉਹਨਾਂ ਦਾ ਕਿਹੜੀ ਕਿਹੜੀ ਤਰੀਕ ਨੂੰ ਆ ਰਹੇ ਆ ਤੁਸੀਂ ਸਕਰੀਨ ਤੇ ਫੋਟੋ ਵੀ ਦੇਖ ਰਹੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਰੇਤੋ ਦੀ ਚਿਤਾ ਨਾਂਸਾ ਵੀ 15 ਜੁਲਾਈ ਤੋਂ ਕਿਧਾ ਨੂੰ ਮਿਲ ਲਈਆਂ ਜਿਨ੍ਹਾਂ ਨੇ ਨਵੇਂ ਅਪਲਾਈ ਕੀਤੇ ਆ ਜਾਂ ਰੀਨਿਊ ਕਰਾਏ ਆ ਆਪ ਦੀ ਆਰਡੀਸੀ ਰੀਨਿਊ ਕਰਾਈ ਹੈ ਜਾਂ ਨਵੀਂ ਮਿਲਦੀ ਹੈ ਹਨਾ ਤੇ 27 ਜੁਲਾਈ ਤੋਂ ਬਾਕੀਆਂ ਨੂੰ ਆਰਡੀਸੀ ਆਉਣੀ ਆ ਤੇ ਅੱਗੇ ਗੱਲ ਕਰਦੇ ਆ ਪੈਨਸ਼ਨ ਕਰਤਾ ਦੀ ਹਾਂ ਪੈਨਸ਼ਨ ਜਿਹੜੇ ਰੇਤ ਦੀ ਜਿਦਾਈ ਦਾੰਸ ਵਾਲੇ ਪੈਨਸ਼ਨ ਲੈਂਦੇ ਆ 15 ਜੁਲਾਈ ਤੋਂ ਹੀ ਇਹ ਨਾ ਹੀ ਡੇਟ ਆ ਜਿਹੜੇ ਨਵੇਂ ਆਦੇ ਜਿਨ੍ਹਾਂ ਨੇ ਰੀਨੂ ਕਰਾਈ ਆ ਤੇ 27 ਜੁਲਾਈ ਤੋਂ ਹੈਗੇ ਆ ਬਈ ਬਾਕੀ ਬਾਕੀ ਜਿਹੜੇ ਬਚੇ ਆ ਤੇ ਅਸੈਣੀਓ ਉਹਨਕੋ ਅਸੈਣੀਓ ਉਹਨਕੋ ਜਿਹਨਾਂ ਦੀ ਜੂਨ ਦੇ ਵਿੱਚ ਨਹੀਂ ਆਈ ਉਹਨਾਂ ਦੀ 23 ਜੁਲਾਈ ਤੱਕ ਔਰ ਸੋਰੀ 13 ਜੁਲਾਈ ਤੱਕ 13 ਜੁਲਾਈ ਡੇਟ ਆ ਇਹ ਤੁਸੀਂ ਸਕਰੀਨਸ਼ਾਟ ਮੈਂ ਖਿੱਚ ਕੇ ਤੇ ਸਕਰੀਨ ਤੇ ਲਾ ਵੀ ਰਿਹਾ ਤੁਸੀਂ ਇਹ ਆਪ ਨੋਟ ਵੀ ਕਰ ਸਕਦੇ ਆ ਹਸੈਣੀ ਉਹਨਾਂ ਕੋ ਜਿਹਨਾਂ ਦੀ ਜੂਨ ਦੀ ਨਹੀਂ ਆਈਗੀ 13 ਜੁਲਾਈ ਤੱਕ ਆ ਜਾਣੀ ਆ ਤੇ ਜਿਹੜਾ ਜਿਹੜੀ ਜੁਲਾਈ ਦੀ ਆ ਜੁਲਾਈ ਦੀ ਹੈ ਜਿਨ੍ਹਾਂ ਨੇ ਜਿਨ੍ਹਾਂ ਦਾ ਪਿਛਲੇ 6 ਮਹੀਨਿਆਂ ਦੇ ਵਿੱਚ ਕੋਈ ਫੇਰ ਬਦਲ ਨਹੀਂ ਹੋਇਆ ਕੋਈ ਬਦਲਾਅ ਨਹੀਂ ਹੋਇਆ ਉਹਨਾਂ ਨੂੰ ਮਿਲ ਜਾਣੀ ਆ 10 ਜੁਲਾਈ ਤੋਂ ਬਾਅਦ ਹਸੈਣੀ ਉਹਨਕੋ ਨਹੀਂ ਆ ਤੇ ਜਿਨ੍ਹਾਂ ਦਾ ਪਿਛਲੇ 6 ਮਹੀਨਿਆਂ ਦੇ ਵਿੱਚ ਕੋਈ ਬਦਲਾਅ ਹੋਇਆ ਹੋਇਆ ਫੈਮਲੀ ਦੇ ਵਿੱਚ ਕੋਈ ਬੱਚੇ ਨੇ ਜਨਮ ਲਿਆ ਜਾਂ ਹੋਰ ਕੋਈ ਬਦਲਾਅ ਹੋਇਆ ਹੋਇਆ ਉਹਨਾਂ ਦੀ 20 ਜੁਲਾਈ ਤੋਂ ਬਾਅਦ ਹੋਣਾ ਹਸੈਣੀ ਉਹਨਕੋ ਰਾਏ ਦੀ ਤੋਂ ਜੁਲਾਈ ਦਾ ਹਸੈਣੀ ਉਹਨਕੋ ਜਿਹੜੇ ਰੇਤਜੀਤ ਜੀ ਦਾ ਨਾਮ ਲੈਦੇ ਉਹਨਾਂ ਦਾ ਸੈਣੀ ਹੋਣ ਉਹਨਾਂ ਦਾ ਆਊਗਾ 27 ਤੋਂ ਲੈ ਕੇ 31 ਜੁਲਾਈ ਦੇ ਵਿੱਚਕਾਰ ਤੇ ਅਗੇ ਕਰਤਾਰ ਕਵੈਸਤੀ ਜੁਲਾਈ ਤੇ ਅਗਸਤ ਇਹਦੀ ਪੇਮੈਂਟ ਜੁਲਾਈ ਦੇ ਪਹਿਲੇ ਹਫਤੇ ਤੋਂ ਬਾਅਦ ਤੁਹਾਨੂੰ ਮਿਲ ਜਾਣੀ ਆ ਕਰਤਿਆਂ ਦੇ ਵਿੱਚ ਨਾਸਪੀ ਲੈ ਰਹੇ ਜਿਹੜੇ ਮੇਰੇ ਵੀਰ ਨਾਸਪੀ ਲੈ ਰਹੇ ਆ ਤੇ ਉਹਨਾਂ ਦੀ 7 ਜੁਲਾਈ ਤੋਂ ਬਾਅਦ ਆ ਤੇ ਨਾਸਪੀ ਤੇ ਜਿਹੜੇ ਐਕਸ ਬੋਨਸ ਰੈਂਸੀ ਆ ਉਹਨਾਂ ਦੀ ਅੱਧ ਜੁਲਾਈ ਤੋਂ ਬਾਅਦ ਮਤਲਬ 15 ਜੁਲਾਈ ਤੋਂ ਬਾਅਦ ਇਹ ਪੇਮੈਂਟ ਆਉਣੀ ਹੈ ਬੁਢਾਪਾ ਪੈਨਸ਼ਨ ਜਾਂ ਜਿਹੜੇ ਡਿਸੇਬਲ ਪੈਨਸ਼ਨਾਂ ਉਹਨਾਂ ਦੀ ਜਿਹੜੀ 1 ਜੁਲਾਈ ਤੋਂ ਜਿਹੜੀ ਪੋਸਟ ਇਹਦੇ ਵਿੱਚ ਆ ਚੁੱਕੀ ਹੈ ਤੇ ਹੁਣ 3 ਜੁਲਾਈ 3 ਦਾ ਮਤਲਬ ਬੀਤੇ ਕੱਲ ਤੋਂ ਬੈਂਕਾਂ ਦੇ ਵਿੱਚ ਜਿਨ੍ਹਾਂ ਦਾ ਬੈਂਕਾਂ ਦੇ ਵਿੱਚ ਆਉਂਦੀ ਹੈ ਉਹ 3 ਜੁਲਾਈ ਤੋਂ ਬੈਂਕਾਂ ਦੇ ਵਿੱਚ ਆ ਜਾਣੀਆਂ ਇਹ ਸੀਗੀਆਂ ਮੇਮੇ ਤਰੀਕਾ ਜਿਹੜਾ ਤੁਸੀਂ ਨੋਟ ਆਪ ਵੀ ਕਰ ਸਕਦੇ ਹੋ ਰੱਖ ਸਕਦੇ ਹੋ ਸਕਰੀਨ ਸ਼ਾਟ ਆ ਖਿੱਚ ਕੇ ਸਕਰੀਨ ਤੇ ਜਿਹੜਾ ਚੱਲਿਆ ਨਵੀਂ ਫਲੂਸੀ ਨਵੀਂ ਫਲੂਸੀ ਤੇ ਫਿਲਹਾਲ ਕੋਈ ਅਪਡੇਟ ਨਹੀਂ ਆ ਰਹੀ ਨਾਈ ਕੋਟਾ ਵਦਨ ਤੇ ਕੋਈ ਖਬਰ ਆ ਰਹੀ ਆ ਅਪਾਇੰਟਮੈਂਟਾਂ ਮੈਸੀ ਦੀਆਂ ਤੇ ਇਹਦੇ ਤੇ ਵੀ ਕੋਈ ਖਬਰ ਨਹੀਂ ਆ ਰਹੀ ਕਿਉਂਕਿ ਹਜੇ ਤੱਕ ਸਲੋਟ ਆ ਜਿਹੜੇ ਬੰਦ ਬੰਦ ਹੀ ਆ ਰਹੇ ਆ ਨਹੀਂ ਨਵੇਂ ਸਲੋਟ ਨਹੀਂ ਖੁੱਲਿਆ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਕਾਂ ਜਿਹੜੇ ਜੇ ਕੋਈ ਤੁਹਾਨੂੰ ਕਹਿੰਦਾ ਵੀ ਅਪਾਇੰਟਮੈਂਟ ਮੈਂ ਦਵਾ ਦਣਾ ਇੰਨੇ ਪੈਸੇ ਲੱਗਣਗੇ ਬਚੋ ਇਹਨਾਂ ਤੋਂ ਇਹਨਾਂ ਚੋਰਾਂ ਤੋਂ ਬਚੋ ਜੇਕਰ ਕੋਈ ਵਧੀਆ ਏਜੰਟ ਕਹਿੰਦਾ ਤੁਹਾਨੂੰ ਇਹਨੂੰ ਤੁਸੀਂ ਪਰਸਨਲ ਜਾਂਦੇ ਹੋ ਉਹਦੇ ਤੋਂ ਚੱਕ ਸਕਦੇ ਹੋ ਉਹਦੇ ਤੋਂ ਅਪਾਇੰਟਮੈਂਟ ਲੈ ਸਕਦੇ ਨਹੀਂ ਤਾਂ ਤੁਸੀਂ ਆਪਣੇ ਝੋਹਾਂ ਵੀਰ ਨਾਲ ਕੰਟੈਕਟ ਦੇ ਵਿੱਚ ਰਹੋ ਜਦੋਂ ਵੀ ਅਪਾਇੰਟਮੈਂਟ ਆਪਾਂ ਹੋਣਗੀਆਂ ਕਿਉਂਕਿ ਉਹਨਾਂ ਦੇ ਸਿਸਟਮ ਇਹਦੇ ਲਾ ਕੇ ਰੱਖੇ ਹੋਏ ਆ 15 15 20 20 50 50 ਪੁਆਇੰਟ ਵਾਂਗ ਇਕੱਠਿਆਂ ਚੱਕ ਲੈਂਦੇ ਜੋ ਓਪਨ ਹੁੰਦੀਆਂ ਠੀਕ ਆ ਤੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਇਹ ਕੋਈ ਫੋਰਸ ਨਹੀਂ ਹੁੰਦਾ ਵੀ ਜੇ ਜਿਹਦਾ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਉਹਦੇ ਚੱਕਣੀਆ ਕਈ ਮੇਰੇ ਵੀ ਕਹਿੰਦੇ ਬਾਅਦ ਚ ਜਾਂ ਠੀਕ ਕਰਦਾ ਇਹ ਆਪ ਤੇ ਜੇਕਰ ਤੁਹਾਡੇ ਆਪ ਦੇ ਲਿੰਕ ਦੇ ਵਿੱਚ ਕੋਈ ਬੰਦਾ ਹੈਗਾ ਕਿਉਂਕਿ ਮੈਂ ਉਸੇ ਬੰਦੇ ਨੂੰ ਰੈਫਰੈਂਸ ਕਰਦਾ ਹਾਂ ਜਿਹਦੇ ਭਰੋਸਾ ਹੁੰਦਾ ਤੇ ਜਿਹੜਾ ਭਰੋਸੇਯੋਗ ਹੁੰਦਾ ਜਿਹਦੇ ਰਾਈ ਕੰਮ ਹੋ ਚੁੱਕੇ ਆ ਬੰਦਿਆਂ ਦੇ ਅਪਾਇੰਟਮੈਂਟਾਂ ਮਿਲ ਚੁੱਕੀਆਂ ਵੀਜੇ ਲੱਗ ਚੁੱਕੇ ਹਨ ਜਿਵੇਂ ਹੁਣ ਮੈਂ ਲਾਂਬਾ ਭਾਜੀ ਹੁਣ ਨੰਬਰ ਤੇ ਸ਼ੇਅਰ ਕਰਦਾ ਕਿਉਂਕਿ ਇੱਕ ਤਾਂ ਹੈਗਾ ਵੀ ਜੀਤੋਂ ਆਪਾਂ ਕੰਮ ਕਰਾਉਣੇ ਜੀਤੋਂ ਆਪ ਕੰਮ ਕਰਾਇਆ ਹੋਵੇ ਆਪ ਟਿਕਟ ਖਰੀਦੀ ਹੋਵੇ ਆਪ ਅਪਾਇੰਟਮੈਂਟ ਚੱਕੀ ਹੋਵੇ ਉਸੇ ਦਾ ਹੀ ਆਪਾਂ ਰੈਫਰੈਂਸ ਕਰਦੇ ਹੁੰਦੇ ਆ ਤੋ ਦੋਸਤੋ ਇਹੀ ਜੀ ਮੇਨ ਮੇਨ ਅਪਡੇਟ ਹੈ ਮੇਨ ਮੇ ਜਾਣਕਾਰੀ ਤੇ ਮਿਲਦੇ ਆਗੇ ਅਗਲੀ ਅਪਡੇਟ ਤਦ ਤੱਕ ਦੇ ਆਗੇ ਸਸਰੀ ਕਾਲ ਸਾਰਿਆਂ ਨੂੰ